ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਦੇਹਾਂਤ ਹੈ ਜਿਹੜਾ ਹੋ ਗਿਆ। ਉਹਨਾਂ ਦੇ ਦੇਹਾਂਤ 'ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਿਹੜਾ ਜਿਤਾਇਆ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਹੈ ਜਿਹੜੇ ਦਿੱਤੇ ਨੇ, ਜਿਨ੍ਹਾਂ ਦੇ ਵਿੱਚੋਂ ਨਾਮ ਜਪ ਲੈ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਬਾਬਾ ਤੇਰਾ ਨਨਕਾਣਾ ਸਣੇ ਕਾਫ਼ੀ ਹਿੱਟ ਗੀਤ ਹੈ ਜਿਹੜੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸੀ। ਉਹਨਾਂ ਆਪਣਾ ਕੈਰੀਅਰ 1983 ਦੇ ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀਆਂ ਧਾਰਮਿਕ ਐਲਬਮਾਂ ਨਾਮ ਜਪ ਲੈ, ਬਾਬਾ ਤੇਰਾ ਨਨਕਾਣਾ ਦੇ ਕੁਝ ਬੋਲ ਲਿਖ ਕੇ ਜਿਹੜਾ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਸੁਰਜੀਤ ਬਿੰਦਰਖੀਆ, ਦੁਰਗਾ ਰੰਗੀਲਾ, ਸਰਦੂਰ ਸਿਕੰਦਰ, ਜੈਜੀ ਬੀ, ਮਲਕੀਤ ਸਿੰਘ ਸਣੇ ਕਈ ਗਾਇਕਾਂ ਨੇ ਇਹਨਾਂ ਦੁਆਰਾ ਲਿਖੇ ਗਏ ਗਾਣੇ ਜਿਹੜੇ ਗਾਏ ਸੀ।